निकृयोंकार सतनाम कर्ता पुरख निर्भो निर्वैर अकाल मूर्त अजूनी सैभं वाह वाह बाणी निरंकार है, वाह वाह बाणी निरंकार है, वाह वाह बाणी निरंकार है। तिस जे वड अवर न कोए, तिस जे वड अवर न को अवर न कोए, तिस जे वड अवर न कोए, वाहो वाहो बाणी निरंकार है, वाहो वाहो बाणी निरंकार है। वाह अगम अथाह, वाह सच्चा सोए, वाह अगम अथाह, वाह सच्चा सोए। इस जे वड अवर न
पिता हम बारक तेरे तुम्हारी कृपा में सुख करे जाने तुम्हारा अंत ऊंचे ते ऊंचा भगवंत सगल समगरी तुम्हारे सूत्र तारी तुम ते हो मेत तुम ही जानी नानक दास सदा कुरबानी अरदास ओंकार श्री वाहिगुरु जी की फतेह श्री भगवती जी की पातशाही दसवें प्रथमा भगवती सिमर कै गुरु नानक नहीं त्याय मेरे अंगद गुरु ते अमरदास रामदास होई सहाय हर जनो हर गोबिंदनो सिमरौ श्री हर राय श्री हर कृष्ण ते आई जिस जठा सब दुख जाय तेग बहादुर सिमरिया कार नौ निधियावै ताय सब ताय होए सहाय दसवें पातशाह सह श्री गुरु गोबिंद सिंह जी महाराज पुत्रा दे दानी खालसा दे बानी पिता जी सब ताय होए सहाय दसों पातशाहियां जी दे आत्मक स्वरूप लहरा जहूर हाजरा हजूर क्यवर तख्त के मालिक गदी नशीन शब्दावतार सतगुरु धन धन सतगुरु श्री गुरु ग्रंथ साहिब जी दे पवित्र पाठ दर्शन उपदेश जी का ध्यान धर के बोलो जी वाहेगुरु वाहेगुरु पंच प्यारे चार साहबजादे चारे मुक्ते हठियां जपियां तपियां जिना नाम जपिया वन छकिया ਤੇਗ ਚਲਾਈ ਤੇਗ ਬਾਹੀ ਦੇਖ ਕੇ ਅੰਡਠ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ 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 ਇਹਨਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕੁਟਵਾਈ ਉਬਲਦਿਆਂ ਦੇਗਾਂ ਚ ਵਾਲੇ ਖਾਧੇ ਤਨ ਆਰਿਆਂ ਨਾਲ ਚੁਰਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸਦਰ ਮਹੁਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇਰਾ ਸਮਹੋ ਸਿੰਘਾਂ ਸਿੰਘਣੀਆਂ ਭਟੰਗੀਆਂ ਭੁਟੰਗਣਾ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਸਾਧ ਸੰਗਤ ਗੁਰੋ ਜੀ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ 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 ਕਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਸਰਚਿਆ ਰਿਹਾ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸੇ ਜੀ ਕੇ ਬੋਲ ਵਾਲੇ ਵਾਹਿਗੁਰੂ ਇਹ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਿਤਾ ਜੀ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ
ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਜਿਗਾਰ ਸੇਵਾ ਸੰਭਾਲਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਤਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਅਟਲ ਧਰਮ ਕਾ ਜੈਕਾਰ ਗੁਰੂ ਖਾਲਸਾ ਸਾਧ ਸੰਗਤ ਬੋਲੋ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਜੋ ਹਮਾਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਵਿਦ ਤੁਮ ਹਰ ਜਾਨੋ ਆਪੇ ਅਮਰੁਲ ਤੇ ਫਿਰ ਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਸਤਿਗੁਰੂ ਨਾਨਕ ਜਿਨ ਕੇਰਾ ਮਿਲ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੈ ਹੇ ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਜੀਓ ਹੁਣ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਥਾਨ ਥਨੰਤਰ ਰਵ ਰਹੇ ਨਾਨਕ ਕੇ ਸੁਆਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਕੋਟਾਨ ਕੋਟਾਨ ਧੰਨਵਾਦ ਆਪ ਜੀ ਨੇ ਰਹਿਮਤ ਕੀਤੀ ਨਿਰਵਿਘਨਤਾ ਸਹਿਤ ਸੰਪੂਰਨ ਕਰਾਉਣੀ ਅੰਗ ਸੰਗ ਸਹਾਈ ਹੋਣਾ ਰਾਹ ਪੈਣੇ ਸਹਾਈ ਹੋਣਾ ਸੇਵਾ ਕਰਨ ਦਾ ਬਲ ਬੁੱਧ ਹੁਕਮ ਬਖਸ਼ਣਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਪਵਿੱਤਰ ਸਰੂਪ ਆਪ ਜੀ ਦੇ ਨਿੱਜ ਸਥਾਨ ਤੋਂ ਲੈ ਕੇ ਆਪ ਜੀ ਦੇ ਸਵਾਰੇ ਤੱਕ ਪਹੁੰਚ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਰਹਿ ਪਾਂਡੇ ਚੱਲਦਿਆਂ ਸਰੂਪ ਦੀ ਸੇਵਾ ਕਰਦਿਆਂ ਅਣਜਾਣ ਹੋਈਆਂ ਭੁੱਲਾਂ ਬਖਸ਼ ਲੈਣੀਆਂ ਆਪ ਆਗਿਆ ਕਰੋ ਆਪ ਆਪਣੇ ਸਵਾਰਿਆਂ 'ਤੇ ਸਵਾਰ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਪੰਜ ਨਿਸ਼ਾਨ ਸੀ ਪੰਜਾਂ ਸਿੰਘਾਂ ਨੂੰ ਆਪ ਜੀ ਦੇ ਸਨਮੁਖ ਚੱਲਣ ਦੀ ਪ੍ਰੇਰਣਾ ਬਖਸ਼ਦੇ ਹੋਏ ਨਿਮਰਤਾ ਬਖਸ਼ਣੀ ਕਾਮ ਕ੍ਰੋਧ ਲੋਭ ਮੋਹ ਤੋਂ ਬਚਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਗੁਰਮਤਿ ਬਖਸ਼ੋ ਗੁਰਮਤਿ ਦਾਸ ਕਰੋ ਆਗਿਆ ਬਖਸ਼ੋ ਨਗਰ ਕੀਰਤਨ ਪ੍ਰਾਰੰਭ ਕੀਤਾ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੇ ਗੁਰਮੁਖ ਪਿਆਰੇ ਮੇਲ ਮਿਲਾਉਣੇ ਜਿਨ੍ਹਾਂ ਮਿਲਿਆ ਆਪ ਦਾ ਪਿੱਤਰ ਨਾਮ ਸਤਨਾਮ ਸਤਿ ਸ਼੍ਰੀ ਅਕਾਲ।
मिटो करण कारण सबना का एको अवर न दूजा कोई अवर न दूजा कोई करण कारण सपना का एको अवर न दूजा कोई अवर न दूजा कोई ऐसी Thank you.
करे मकसूद जे तिर देखा तिर मौजूद जे तिर देखा जी का खालसा वाहगुरु जी वे समुची संगत नू दुनिया भर के समूह सिखा सारू ही धन धन श्री गुरु ग्रंथ साहब जी के पहले प्रकाश के लख लख बधाई हो धन धन श्री गुरु ग्रंथ साहब जी महाराज दसों पातशाहियों की आत्मक जोत जो कि पिछले 418 साल तो समुचे सिख भाईचारे समुची मनुखता कले सिख भाईचारे नहीं दो सर्बसांझीवालता सरबत के भले का उपदेश दे रहे हैं वो अज भी दे रहे हैं तो अगे भी उन्हें जुगां जुगांतरा तक दे जाना तो ऐसे सतगुर जेड़ा के एक नज़र कर वेखे सब उपर जिहा पाओ तिहा फल पाइए हर एक ते निगाह रखते हैं हर एक का भला जांगते हैं सरबत का भला मंगण वाली सिख कौम अज तन तन श्री गुरु ग्रंथ साहब जी के पहले प्रकाश के संबंध में नगर कीर्तन बार किंग तो लैके सैवन किंग गुरुद्वारा तक गुरद्वारा साहब तक ले जा रहे हैं समूह सेवादारां दा तहे दिलों धन्यवाद सारे ही पंजा प्यारियां दा निशानचियां दा ते धन धन श्री गुरु ग्रंथ साहब जी महाराज जी जिन्हां दी रहनुमाई हेठ यह सारा ही प्रोग्राम जो है हो रहा है तहे दिलों धन्यवाद कर देवां संगतां दा धन्यवाद कर देवां हजारां दी तादाद च संगतां जो है दर्शन करन पहुंचियां ने ते सेवा विच जुटियां ने सारे ही स्टूअर्ट दा सारे ही सेवादारां दा हर एक दा चैनल दा समूह चैनल दा सारिया दा बहुत बहुत धन्यवाद सारिया नू लख लख बधाई वाहेगुरु जी का खालसा वाहेगुरु जी की फतेह। हाँ जी वाहेगुरु जी का खालसा वाहेगुरु जी की फतेह साध संग जी बहुत बहुत बधाइयां जिस गुरपुरब दियां ते साडे नगर कीर्तन सिंह साहब रणनीश जिहड़ा पार्किंग गुरद्वारा साहब शुरू होया ते हुण एल्फ लेन ते जा रहा ते सैमकिंस गुरद्वारे असीं कंप्लीट करनी आ तो देख लो पिछे रौनक लगियां आ संगतां दियां सेवादारां दियां सारे कम्यूनिटी सेवादारी है बीबियां साढ़े मोहरे लगियां आ रोड साफ करन आओ जो यंगस्टर्स इफ यू नॉट जॉइन प्लीज जॉइन अस वी जस्ट अबाउट टू स्टार्ट ऑन योर फ्रंट लाइन दिस इज़ अ वेरी रिनाउंड जिदा कहो इट्स नॉट अ मेला इट्स अ होली प्रोसेशन आई मेक दैट क्लियर श्री गुरु ग्रंथ साहब जी मोहरे आ द लेडीज इन फ्रंट स्वीपिंग the panch pyare the nagara and everyone else who wants to join please join behind the sangat please do not walk in front of the sangat thank you to everyone covering the nagar kirtan today it's a community event it's open for all and you'll see today all the Sikhs are doing are praying and giving out food that's all it is apa where we commemorate the completion of the Guru Granth Sahib ji on this happiness happy occasion we celebrate by giving out food and singing holy hymns that's all we're doing here so all the communities welcome the food is for all as always you know the langar Guru Nanak Dev Ji's langar is open to all any gurdwara around the world the doors are open for all the needy in our communities as you know throughout lockdown all the Sikhs stepped up there was langar served to those in need the homeless shelters police officers the ambulance all the ones working around the clock for our communities so it's not a thing that we just do for the fun of it it's an instruction from our guruji that where needed langar must be served likewise today we celebrate by giving out food and drink to our communities yesterday from Singh Sabha Londonese sports club at Bayan Godwara you know the Pakistan floods £1,100 was donated to the floods in Pakistan so we're trying our best like our seniors have been doing all their life since they come to England and made this country their home they all worked hard paid their taxes and from day one gave a little bit back to the community so Nagar Kirtan has been going on for many many years just like the Kabaddi tournaments whatever we do we try to involve the whole community and we've got respect as you can say it's all families here it's not just about youngsters it's about mothers uncles fathers our sisters our brothers everyone's in here today so it's a holy procession do join in thank you to the media as always they just show you at the back when you go around the corner there must be over 100 stewards here they're all volunteers they whether it's wind rain or shine they'll be here doing their duty as you can see most of them are barefoot all the sisters are barefoot sweeping you know it's sharda that's where they get their
you want to walk to the shop around the corner, we say, let's go to the nearest parking space. But here, we're walking for miles and miles. Wahiguru Satnam Japa there, and Tidagarabba. Mata here, they care throughout my life experience. I've been a youngster, and I'm going to go to the school, Punjabi school, Punjabi class. And after that, the next step is Vidya classes. You know, trying to learn the Guru Granth Sahib Ji, that's where we're going to get our direction in life. As we all know, as we get older, life is full of problems. You know, we've got ups and downs, but our base, our backbone, our support is the Guru Granth Sahib Ji to Melnia. They have been watching Jarur, Punjabi Skalo, Gordo Sahib Jodo, they did like the Singh Sahib Ji Sports Club, Charlie Pishay, the Sampara Salian. Matevi Painti Gurunga, Ray Gordo Sahib Ji, Sports Class Samilao, Guru Sahibane, Jinapanu, Guru Granth Sahib Ji, Parthwal, Jagalo. ਕਿਹਾ ਜਾ ਆਪਾਂ ਨੂੰ ਅਤੇ ਉਨਾ ਹੀ ਆਪਾਂ ਨੂੰ ਸਪੋਰਟ ਦੇ ਨਾਲ ਵੀ ਜੁੜਨਾ ਜ਼ਰੂਰੀ ਆ ਥੈਂਕ ਯੂ ਸਾਰਿਆਂ ਦਾ ਮੈਂ ਕੋਈ ਬੁਲਾਰਾ ਤਾਂ ਹੈ ਨਹੀਂ ਜੀ ਗੱਲ ਤੁਸੀਂ ਮਾਫ਼ ਕਰਨੀ ਵੰਸ ਅਗੇਨ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਮੇਟੀ ਮੈਂਬਰਾਂ ਦਾ ਸਾਡੇ ਸੀਨੀਅਰ ਜਿੰਨੇ ਬਜ਼ੁਰਗ ਪਿਛਲੇ ਪੰਜਾਂ ਸਾਲਾਂ ਤੋਂ ਸੇਵਾ ਜੁੜੇ ਆ ਸਾਰਿਆਂ ਬਹੁਤ ਬਹੁਤ ਧੰਨਵਾਦ ਤੁਹਾਡੇ ਕਰਕੇ ਤੁਹਾਡੀ ਬਦੌਲਤ ਕਰਕੇ ਇੱਥੇ ਸਾਰੇ ਯੰਗਸਟਰ ਤੁਰੇ ਸੇਵਾ ਜੁੜੇ ਆ ਈਸਟ ਲੰਡਨ ਅਤੇ ਆਪਾਂ ਹੋਰ ਵੀ ਜਿੱਥੇ ਕਿਤੇ ਲੋੜ ਹੁੰਦੀ ਆ ਨਗਰ ਕੀਰਤਨ ਦੇ ਟੂਰਨਾਮੈਂਟ ਦੀ ਜ਼ਰੂਰ ਸਾਨੂੰ ਦੱਸੋ ਅਸੀਂ ਆ ਕੇ ਤੁਹਾਡੇ ਨਾਲ ਖੜ੍ਹੇ ਹਾਂ ਤੁਹਾਡੀ ਸਪੋਰਟ ਕਰੂੰਗੇ ਥੈਂਕ ਯੂ ਜੀ ਹੁਣ ਮੈਂ ਪਾਸ ਨੂੰ ਕਰ ਦਿੰਦਾ ਸਾਡੇ ਭਰਾਵਾਂ ਦੇ ਇੰਟਰਵਿਊ ਲੈ ਲੈਂਦੇ ਹਾਂ ਆ ਲਓ ਜੀ ਭਾਅ ਜੀ ਬੋਲੋ ਬਣਿਆ ਕਿੱਦਾਂ ਲੱਗਦਾ ਅੱਜ ਨਗਰ ਕੀਰਤਨ ਬਹੁਤ ਵਧੀਆ ਜੀ ਨਗਰ ਕੀਰਤਨ ਸੰਗਤਾਂ ਦਾ ਬਹੁਤ ਸਹਿਯੋਗ ਆ ਇਹ ਸਾਡੇ ਖੂਬੀ ਆ ਈਸਟ ਲੰਡਨ 'ਚ ਸੇਵਾ ਕਰਨ ਨੂੰ ਸਾਰੇ ਤਿਆਰ ਆ ਪਰ ਕੈਮਰੇ ਮੋਹਰੇ ਨਹੀਂ ਆ ਕੇ ਖੁਸ਼ ਹੋਈ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਜੀ ਇੰਨਾ ਹੀ ਬਸ ਆ ਸੇਵਾਦਾਰ ਸਾਰੇ ਦੇਖ ਲਓ ਲੱਗੇ ਆ ਸੱਤੇ ਦਿਨ ਸੇਵਾ 'ਚ ਜੁੜੇ ਹੁੰਦੇ ਆ ਸਵੇਰ ਨੂੰ ਕੰਮ 'ਤੇ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸੇਵਾ ਕਰਦੇ ਆ ਸ਼ਾਮ ਨੂੰ ਆ ਕੇ ਗੁਰਦੁਆਰਾ ਸੇਵਾ ਕਰਦੇ ਆ ਕੋਈ ਪ੍ਰੋਗਰਾਮ ਹੋਵੇ ਕੋਈ ਨਗਰ ਕੀਰਤਨ ਹੋਵੇ ਕੋਈ ਗੁਰਪੁਰਬ ਹੋਵੇ ਸੇਵਾ 'ਚ ਮੋਹਰੇ ਜੁੜੇ ਆ ਸਾਰੇ ਅਤੇ ਬਾਕੀ ਹੋਰ ਕੋਈ ਬੁਲਾਰਾ ਹੈਗਾ ਆਪਣਾ ਜੀ ਆ ਦੇਖ ਲਓ ਪੰਜ ਪਿਆਰੇ ਸਾਡੇ ਦੇਖ ਲਓ ਬਿਫੋਰ ਦ ਬੁਕਿੰਗ ਦੋ ਨੋ ਐਗਜੈਕਟਲੀ ਯੂ ਨੋ ਯੰਗ ਮੈਨ ਆਲ ਆਫ ਦਮ ਬਟ ਦੇ ਆਰ ਡੂਇੰਗ ਦ ਸੇਵਾ ਡੂਇੰਗ ਦ ਡਿਊਟੀ ਫੋਰ ਮਹਾਰਾਜ ਸਾਹਿਬ ਮੋਰੇ ਪਾਣੀ ਵਾਲੇ ਪੀਰ ਲੱਗੇ ਵਾ ਚਲੋ ਜੀ ਆਪਾਂ ਹੁਣ ਗਾਂਹ ਪਾਸ ਕਰਦੇ ਹਾਂ ਠੀਕ ਹੈ ਭਾਅ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਜਗਤ ਨੂੰ ਵਧਾਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਉਤਸਵ ਦੀ ਪੂਰਾ ਸਿੱਖ ਜਗਤ ਇਸ ਸ਼ੁਭ ਦਿਹਾੜੇ ਦੇ ਉੱਤੇ ਬਹੁਤ ਆਨੰਦਮਈ ਜੀਵਨ 'ਚ ਹੈ ਐਕਸਕਿਊਜ਼ ਮੀ ਸੋਰੀ ਇਸ ਡਰਾਈ ਕਾਫ I'm a nurse. I do a lateral blood, lateral flow test every day, so it's negative. Okay. Satguru, Sikh Jagat nu ki pure Jagat nu kala vich lende ne. Satguru, Sikh nu hukam hai ke sirf te sirf gurbani da asra lena hai. Guru Granth Sahib Maharaj di take support, usse da asra lena hai. ਅਤੇ ਸਿਉ ਮੇਰੇ ਸੱਚੇ ਪਾਤਸ਼ਾਹ ਸਾਡਾ ਜੀਵਨ ਦੇ ਵਿੱਚ ਹਰ ਔਕੜ ਆਉਣ ਵਾਲੀ ਨੂੰ ਦੂਰ ਕਰਦੇ ਨੇ ਪ੍ਰੋਵਾਈਡਡ ਕਿ ਸਿੱਖ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਰੱਖੇ ਆਪ ਗੁਰਬਾਣੀ ਪੜ੍ਹੇ ਹਮੇਸ਼ਾ ਗੁਰਦੁਆਰੇ ਰੋਜ਼ ਆਉਣ ਦੀ ਕੋਸ਼ਿਸ਼ ਕਰੇ ਜਿੱਥੇ ਵੀ ਹੋਵੇ ਹਰ ਵੇਲੇ ਆਪਣੇ ਰਸਨਾਂ 'ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਰੱਖੇ ਗੁਰੂ ਮਹਾਰਾਜ ਦੇ ਹਮੇਸ਼ਾ ਹਰ ਵੇਲੇ ਚੜ੍ਹਦੀ ਕਲਾ ਸਤਿਗੁਰੂ ਪੂਰਾ ਪੰਥ ਵਾਰ ਕੇ ਵੀ ਉਸੇ ਤਰ੍ਹਾਂ ਆਨੰਦ ਸਾਹਿਬ ਦਾ ਪਾਠ ਕਰਦੇ ਨੇ ਸਵੇਰੇ ਆਸਾ ਜੀ ਦੀ ਵਾਰ ਦੇ ਕੀਰਤਨ ਹੁੰਦੇ ਨੇ ਤੁਸੀਂ ਅੰਦਾਜ਼ਾ ਲਾਓ ਕਿ ਸਿੱਖ ਕੌਮ ਦੇ ਅੰਦਰ ਕਿਹੜੀ ਸਪਿਰਿਟ ਸਤਿਗੁਰ ਨੇ ਅੰਮ੍ਰਿਤ ਦੇ ਕੇ ਭਰੀ ਸੀ ਕਦੀ ਸਿੱਖ ਡੋਲਦਾ ਨਹੀਂ ਪ੍ਰੋਵਾਈਡਡ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜਿਆ ਹੋਵੇ ਪੂਰਾ ਸਿੱਖ ਜਗਤ ਨੂੰ ਕੀ ਪੂਰੇ ਜਗਤ ਨੂੰ ਵਧਾਈਆਂ ਮਹਾਰਾਜ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਮੈਂ ਥੋੜ੍ਹੀ ਦੇਰ ਆਪਣਾ ਪਾਣੀ ਪੀ ਲਾਂ ਅਤੇ ਫਿਰ ਦਰਸ਼ਨ ਕਰਾਂਗੀ ਸੰਗਤ ਦੇ ਪਰ ਮੈਂ ਸਭ ਨੂੰ ਵਧਾਈ ਦੇਣ ਦੀ ਜ਼ਰੂਰ ਹਾਂ ਪਰ ਬੇਨਤੀ ਵੀ ਨਾਲ ਕਰਦੀ ਹਾਂ ਕਿ ਖਾਲਸਾ ਜੀ ਇਹ ਬਾਣੀ ਜੋ ਸਾਡੀ ਮੇਨ ਸਪੋਰਟ ਹੈ ਜੋ ਸਾਡਾ ਜੀਵਨ ਦਾ ਧੁਰਾ ਹੈ ਜੋ ਸਾਨੂੰ ਸਾਰੇ ਦੁੱਖਾਂ ਸੁੱਖਾਂ ਤੋਂ ਬਚਾਉਂਦੀ ਹੈ ਇਹਨੂੰ ਆਪ ਪੜ੍ਹੋ
आप पढ़ो अपनी रसना तो जिस दिन सिख इस गुरबाणी के धुरे न जुड़िया रहा आई कैन अशोर यू नथिंग विल हैपन टू गुरु सिख प्रोवाइडेड कि वी आर 100% डिवोटेड टू गुरु ग्रंथ साहब जी 100% सिख इज डिवोटेड टू गुरु ग्रंथ साहब जी वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह समूह संगत को वर्ल्ड दे विच जिन्नियां सिख संगतां साडा जिन्ना भी भाईचारक आ उन्हां नूं पहले प्रकाश उफ दियां लख लख वधाई होवे धन श्री गुरु ग्रंथ साहब महाराज जी का अज पहला प्रकाश उत्सव है जो सिंह सभा लंडन ईस्ट के बार किंग गुरु घर तो चल के सैवन किंग गुरु घर तक जाऊगा इलफल लेन ते बड़ा संगतां दे बड़े लंगर लाए संगतां ने सो बड़ी श्रद्धा भावना वा बहुत चढ़ती कला दे विच जिहड़ा नगर कीर्तन उत्थों पिछों चल के आ रहा वा सो ये पांचवें पातशाह महाराज सच्चे पातशाह ने अज दे दिन जो आदि ग्रंथ सी 1604 ईस्वी दे विच पहला प्रकाश जिहड़ा श्री हरिमंदर साहब विखे अमृतसर की धरती के उत्ते बाबा बुढ़ा साहब जी के कोलों ये प्रकाश जिहड़ा उन्होंने करवाया उस वेले बाबा बुढ़ा साहब जी ने पहला हुक्मनामा जो आया सी संतां के कारज आप खलोया इस महावाक नू समूह पंथ ने सरवण किया ते खुशियां प्राप्त कीतियां सो सारी संगत नू समुचे संगत नू वर्ल्ड दे विच पहले प्रकाश उफ दियां लख लख वधाइयां होण वाहिगुरु जी का खालसा वाहिगुरु जी की फतेह ਸੋ ਸ੍ਰੀ ਅਕਾਲ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਪਹਿਲਾ ਪ੍ਰਕਾਸ਼ ਮਹਾਰਾਜ ਦਾ ਨਗਰ ਕੀਰਤਨ ਆ ਅਤੇ ਸਾਰੀ ਸਮੁੱਚੀ ਸਾਧ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਕਿ ਇਹੋ ਜਿਹੇ ਕਾਰਜ ਇਹੋ ਜਿਹੇ ਨਗਰ ਕੀਰਤਨ ਸਾਰੇ ਵਰਲਡ ਦੇ ਵਿੱਚ ਮਹਾਰਾਜ ਦੇ ਚੱਲਦੇ ਰਹਿਣ ਅਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सुन सुन नाम तुम्हारा सुन सुन नाम तुम्हारा प्रीतम प्रभु बिखन का जाओ प्रभु बिखन का जाओ सुन सुन ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ ਸਾਡਾ ਪਹਿਲਾ ਪ੍ਰਕਾਸ਼ ਉਤਸਵ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਵਿੱਚ ਲੱਖ ਲੱਖ ਵਧਾਈਆਂ ਹੁਣ ਆਈਆਂ ਹੋਈਆਂ ਸੰਗਤਾਂ ਨੂੰ ਸੇਵਾਦਾਰਾਂ ਨੂੰ ਔਰ ਸਾਡੇ ਔਰਗਨਾਈਜ਼ਰਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਹੀ ਸਾਡੇ ਗੁਰੂਆਂ ਦੇ ਤਿਉਹਾਰ ਅਸੀਂ ਮਨਾਉਂਦੇ ਰਹੀਏ ਔਰ ਆਪਣੇ ਸਿੱਖੀ ਸਿਦਕ ਨੂੰ ਯਾਦ ਰੱਖੀਏ ਉਹਨਾਂ ਕਦਮਾਂ 'ਤੇ ਹੀ ਚੱਲੀਏ ਮੈਂ ਸਾਰੀ ਸੰਗਤ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਇਸੇ ਤਰ੍ਹਾਂ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਸਾਹਿਬ ਦੇ ਉੱਤੇ ਇਕੱਠੇ ਹੋਏ ਹਾਂ ਸਭ ਨੂੰ ਲੱਖ ਲੱਖ ਵਧਾਈ ਹੋਵੇ ਵੱਧ ਤੋਂ ਵੱਧ ਆਓ ਔਰ ਸਾਰੀਆਂ ਰੌਣਕਾਂ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਿੱਖ ਜਗਤ 'ਤੇ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਹਾੜੇ 'ਤੇ ਨਗਰ ਕੀਰਤਨ ਸਾਡੇ ਵਾਰਕਿੰਗ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਗਿਆ ਅਤੇ ਇਸ ਐਲਫੋ ਲੇਨ 'ਤੇ ਹੁੰਦਿਆਂ ਹੋਇਆ ਆਪਣੇ ਸੈਵਨ ਕਿੰਗ ਜਾ ਕੇ ਸਮਾਪਤੀ ਹੋਏਗੀ ਇਹ ਅੱਜ ਦਾ ਦਿਹਾੜਾ ਸਿੱਖ ਸੰਗਤਾਂ ਲਈ ਬਹੁਤ ਖੁਸ਼ੀ ਦਾ ਦਿਹਾੜਾ ਹੈ ਅਤੇ ਹਰੇਕ ਸੰਸਾਰ 'ਤੇ ਜਿੱਥੇ ਜਿੱਥੇ ਵੀ ਹੈਗਾ ਇਹ ਦਿਹਾੜਾ ਸਿੱਖ ਸੰਗਤਾਂ ਮਨਾ ਰਹੀਆਂ ਇਸ ਤਰ੍ਹਾਂ ਸਾਡੇ ਈਸਟ ਲੰਡਨ ਦੀਆਂ ਸੰਗਤਾਂ ਵੀ ਆਪਣਾ ਦਿਹਾੜਾ ਕਾਫੀ ਚਿਰ ਤੋਂ ਬਾਅਦ ਅੱਜ ਚਾਂਸ ਮਿਲਿਆ ਦੋ ਤਿੰਨਾਂ ਸਾਲਾਂ ਤੋਂ ਇਹ ਦਿਹਾੜੇ ਬੰਦ ਸੀ ਅਤੇ ਹੁਣ ਗੁਰੂ ਦੀ ਕਿਰਪਾ ਦੇ ਨਾਲ ਇਹ ਦੁਬਾਰਾ ਫਿਰ ਨਗਰ ਕੀਰਤਨ ਸ਼ੁਰੂ ਹੋਏ ਆ ਅਤੇ ਸਿੱਖ ਸੰਗਤਾਂ ਨੂੰ ਸਾਡੇ ਸਾਰੇ ਈਸਟ ਲੰਡਨ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਦਿਹਾੜੇ ਇਸੇ ਤਰ੍ਹਾਂ ਆਉਂਦੇ ਰਹਿਣ ਅਤੇ ਇਸੇ ਤਰ੍ਹਾਂ ਸੰਗਤਾਂ ਮਨਾਉਂਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੋਰਥ ਸਾ
कीर्तन प्रभ राग खालसा वाहिगुरु की फतेह। सारे जगत को बहुत बहुत बधाई आज के गुरपुरब दियाँ महाराज के प्रकाश उत्सव दियाँ। जिदा तुम देख ही सकते हैं हज़ार की गिनती में संगत आई महाराज के दर्शन कर दियाँ, नाले कीर्तन का आनंद माण रही। महाराज की भी कृपा हुई आ, जिहड़ा मौसम भी बहुत सोहना आ, ना गर्मी आ ना ठंड आ, ते सच्चे पातशाह कृपा कारण सारी कौम को चढ़दियाँ कलों के रखन, इस ही तरह गुरु के लाल लगे रहन। ते वाहिगुरु जी का खालसा वाहिगुरु जी की फतेह। खालसा जी वाहिगुरु जी की फतेह। जी बहुत धन्यवाद है कि संगत जो अज इकट्ठी होके रल मिला के सेवा कर रही है, दर्शन कर रही है। सो इफ यू इन द एरिया, इफ यू हैवन येट कम डाउन, वी आर इन इलफोर्ड, वी हैव बीन एम्बार्किंग ऑन द वे टू सेवन किंग्स, सो जरूर दर्शन दो, बी पार्ट ऑफ द कम्युनिटी एंड सी व्हाट द सिख कम्युनिटी हैज टू ऑफर टू नॉट जस्ट द सिख कम्युनिटी इटसेल्फ बट टू एवरीबॉडी इन द बोरो एंड द बिगर कम्युनिटी, ह्यूमैनिटी एज अ होल। थैंक यू। सारी संगत नूं बहुत बहुत बधाइयां दीआं खुशियां, लख लख पाजा सारी संगत दी बहुत बहुत मेहरबानी, जिन्हें भी इसे दासा लिया वीर वाले सात श्री अकाल सारिआं नूं सच्चे पातशाह जी बहुत मेहर करे। वाहिगुरु बंदे तन धन तेरा तू प्रभ मेरा, हमरे वस किच नाहे, हमरे तन तन तेरा तू प्रभु मेरा, हमरे बस किछ ना।
ਸਾਡੇ ਸਾਰੇ ਗਰੁੱਪ ਵੱਲੋਂ ਤੁਹਾਨੂੰ ਬਹੁਤ ਬਹੁਤ ਨਗਰ ਕੀਰਤਨ ਦੀਆਂ ਵਧਾਈਆਂ ਜੀ। ਮੇਰੇ ਵੱਲੋਂ ਜਾਣੀ ਕਿ ਸਾਡੇ ਪੂਰੇ ਗਰੁੱਪ ਵੱਲੋਂ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਰਮਨਗਾਰਾ ਮਾਰਿਆ ਨਰੰਗਾ ਤਰਗੜਾ ਜਿਨ ਖਿਚਿਆ ਹੰਕਾਰਾ, ਧਰਤੀ ਪੈ ਗਿਆ ਹਲ ਚਲਾ ਸਭ ਛੋਟੇ ਕਰਬਾਰਾ, ਐਸੇ ਧੁੰਦ ਕਲੇਸ਼ ਮੇ ਖਪਿਓ ਸਭ ਸੰਸਾਰਾ, ਮੀਣੀਏ ਮਸੰਦੀਏ ਨੜੀ ਕੁੜੀ ਮਾਰ ਕੇ ਸਭਾ ਉਠਾਏ ਕੈ, ਤੁਰਕਾ ਨੂੰ ਦੇ ਅਸਤਰ ਪਾਜੜਾ ਪਾਏ ਕੈ, ਗੁਰਸਿੰਘਾ ਰਜੇ ਜਾਏ ਕਾਰੇ, ਗਜਾਣਗੇ ਗੁਰਾਂਗੇ ਪਿਆਰੇ, ਗਜ ਗੇ ਜਗਾਰੇ ਗਜਾਵੇ ਨਿਹਾਲੋ ਜਾਵੇ ਫਤਿਹ ਪਾਵੇ। ਗੁਰੂ ਸਵਾਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ, ਅੱਜ ਈਸਟ ਲੰਡਨ ਗੁਰਦੁਆਰਾ ਸਾਹਿਬ ਬਾਰਕਿੰਗ ਵਿਖੇ ਜੋ ਨਗਰ ਕੀਰਤਨ ਆਰੰਭ ਹੋਇਆ ਹੈ, ਜੋ ਕਿ ਸੈਵਨ ਕਿੰਗਸ ਗੁਰਦੁਆਰਾ ਵਿਖੇ ਜਾ ਕੇ ਸਮਾਪਤ ਹੋਵੇਗਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਨਮੁੱਖ ਰੱਖਦੇ ਹੋਏ, ਜੋ ਕਿ ਈਸਟ ਲੰਡਨ ਅਤੇ ਸਮੂਹ ਲੰਡਨ ਅਤੇ ਇੰਗਲੈਂਡ ਦੀਆਂ ਸੰਗਤਾਂ ਵੱਲੋਂ ਇਹ ਨਗਰ ਕੀਰਤਨ ਆਰੰਭਿਆ ਹੈ। ਮਹਾਰਾਜ ਜੀ ਬਹੁਤ ਹੀ ਕਿਰਪਾ ਹੋਈ ਮਹਾਰਾਜ ਜੀ ਦੀ, ਵੀ ਇੰਨੇ ਸਾਲਾਂ ਬਾਅਦ ਜੋ ਕਿ ਸੰਗਤ ਇਕੱਠੀ ਹੋਈ ਹੈ ਸਮੂਹ ਸਾਧ ਸੰਗਤ ਨੂੰ, ਗੁਰੂ ਪੰਥ ਖਾਲਸਾ ਜੀ ਕੋ ਇਸ ਦਿਹਾੜੇ ਦੀਆਂ ਬੇਅੰਤ ਬੇਅੰਤ ਮੁਬਾਰਕਾਂ। ਅਤੇ ਆਪ ਜੀ ਸੰਗਤ ਦੇ ਅਸੀਂ ਚਰਨਾਂ ਦੇ ਵਿੱਚ ਇਹ ਵੀ ਬੇਨਤੀ ਕਰਦੇ ਹਾਂ ਵੀ ਆਪ ਜੀ ਦੇ ਦਾਸ ਡਾਇਨਾਮਿਕ ਸਿੰਘ ਲਾਈਵ UK ਵੱਲੋਂ, ਜਿਵੇਂ ਕਿ ਅੱਗੇ ਵੀ ਕੀਰਤਨ ਦਰਬਾਰ ਜਾਂ ਹੋਰ ਵਿਸ਼ੇਸ਼ ਪ੍ਰੋਗਰਾਮਾਂ ਦੀ ਜੋ ਕਿ ਵੀਡੀਓ ਬਣਾ ਕੇ ਅਪਲੋਡ ਕੀਤੀ ਜਾਂਦੀ ਹੈ, ਆਪ ਜੀ ਪਿਆਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਕਮੈਂਟ ਕਰਕੇ ਦੱਸਿਆ ਕਰੋ ਜੇ ਆਪ ਜੀ ਨੂੰ ਪ੍ਰੋਗਰਾਮ ਪਸੰਦ ਆਵੇ। ਐਵੇਂ ਹੀ ਆਪ ਜੀ ਕਿਰਪਾ ਕਰਨੀ ਮਹਾਰਾਜ ਜੀ, ਇਸੇ ਤਰ੍ਹਾਂ ਜੁੜੇ ਰਹਿਣਾ ਪ੍ਰੋਗਰਾਮ ਦੇ ਨਾਲ ਅਤੇ ਨਗਰ ਕੀਰਤਨ ਦਾ ਆਨੰਦ ਮਾਨਣਾ। ਇੱਕ ਵਾਰ ਫਿਰ ਦਾਸ ਵੱਲੋਂ ਸਮੂਹ ਲੰਡਨ ਸਮੂਹ ਇੰਗਲੈਂਡ ਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ। ਮਹਾਰਾਜ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਕਿਰਪਾ ਕਰਕੇ ਆਉਣ ਵਾਲੇ ਸਮਿਆਂ ਦੇ ਵਿੱਚ ਪ੍ਰੋਗਰਾਮ ਮਹਾਰਾਜ ਕਰਾਉਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਰਥ ਰੋਡ ਨੌਰਥ ਸਟਰੀਟ ਬਾਰਕਿੰਗ ਤੋਂ ਨਗਰ ਕੀਰਤਨ ਆਰੰਭ ਹੋਇਆ, ਗੁਰਦੁਆਰਾ ਵੇ ਤੋਂ ਹੁੰਦਾ ਹੋਇਆ ਫੈਂਸ਼ਿਪ ਐਵੀਨਿਊ, ਹੁਣ ਅਸੀਂ ਇਲਫੋਰ ਲੇਨ 'ਤੇ ਪਹੁੰਚੇ ਹਾਂ, ਜਿੱਥੇ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਹੈਗਾ ਉਹ ਸਾਰੇ ਪਾਸੇ ਜੋ ਹੈ ਸਤਿਕਾਰ ਕਰਨ ਲਈ, ਮੱਥਾ ਟੇਕਣ ਲਈ ਸੜਕਾਂ ਦੇ ਦੋਨੇ ਪਾਸੇ ਬੇਅੰਤ ਸੰਗਤਾਂ ਖੜੀਆਂ ਨੇ। ਮੈਂ ਤੈ ਦਿਲੋਂ ਧੰਨਵਾਦ ਕਰਦੀ ਹਾਂ ਸਮੂਹ ਸੰਗਤਾਂ ਨੂੰ, ਸਮੁੱਚੇ ਸੰਸਾਰ ਭਰ ਦੇ ਵਿੱਚ ਹਰ ਇੱਕ ਨੂੰ ਮੈਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਲੱਖ ਲੱਖ ਵਧਾਈ ਦੇ ਦੇਵਾਂ ਅਤੇ ਧੰਨਵਾਦ ਕਰ ਦੇਵਾਂ ਸਮੂਹ ਸੇਵਾਦਾਰਾਂ ਦਾ, ਜਿੱਧਰ ਵੀ ਦੇਖਦੇ ਹਾਂ ਪੁਲਿਸ ਵਾਲਿਆਂ ਦਾ ਧੰਨਵਾਦ, ਮੈਨੀ ਥੈਂਕਸ ਟੂ ਦੀ ਪੁਲਿਸ ਆਫੀਸਰਸ ਐਂਡ ਦੀ ਕੌਂਸਲ ਅਫੀਸ਼ੀਅਲਸ, ਦੋਜ਼ ਹੂ ਹੈਵ ਕੰਟਰੀਬਿਊਟਡ ਏ ਲੋਟ ਐਂਡ ਦੇ ਆਰ ਐਕਚੁਅਲੀ ਗਾਈਡਿੰਗ ਅਸ, ਦੇ ਆਰ ਕਲੋਜ਼ਿੰਗ ਦੀ ਰੋਡਸ ਐਂਡ ਦੈਨ ਆਵਰ ਸਟੂਅਰਡਸ ਦੇ ਆਰ ਟੇਕਿੰਗ ਇਟ ਓਵਰ, ਐਂਡ ਵੈਰੀ ਮੈਨੀ ਥੈਂਕਸ ਟੂ ਆਲ ਦੀ ਸਟੂਅਰਡਸ, ਸਾਰਿਆਂ ਦਾ ਸਟੂਅਰਡ ਦਾ ਧੰਨਵਾਦ, ਸੇਵਾਦਾਰਾਂ ਦਾ ਧੰਨਵਾਦ, TV ਚੈਨਲ ਵਾਲੇ ਜਿਹੜੇ ਕਿ ਸਾਡੇ ਇਸ ਨਗਰ ਕੀਰਤਨ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾ ਰਹੇ ਨੇ, ਤੈ ਦਿਲੋਂ ਧੰਨਵਾਦ ਕਰਦੇ ਹਾਂ ਸੰਗਤਾਂ ਨੂੰ, ਨਾਲੇ ਬੇਨਤੀ ਕਰਦੇ ਹਾਂ ਕਿ ਇਹਨਾਂ ਚੈਨਲਾਂ ਦੀ ਹੈਲਪ ਕਰਿਆ ਕਰੋ, ਜ਼ਰੂਰ ਹੀ ਧੰਨਵਾਦੀ ਬਣਾਇਆ ਕਰੋ, ਕਿਉਂਕਿ ਇਹਨਾਂ ਰਾਹੀਂ ਘਰ ਬੈਠੇ ਲੋਕਾਂ ਤੱਕ ਵੀ ਜਿਹੜਾ ਨਗਰ ਕੀਰਤਨ ਉਹ ਪਹੁੰਚ ਰਿਹਾ ਹੈਗਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਪਾਸੇ ਜੋ ਹੈ ਇਹ ਸਾਹਿਬਾਂ ਦੀਆਂ ਖੁਸ਼ੀਆਂ ਵਾਲਾ, ਸਾਹਿਬਾਂ ਦੇ ਸਤਿਕਾਰ ਵਾਲਾ, ਗੁਣ ਗਾਉਂਦੇ ਅਸੀਂ ਜਿਹੜੇ ਆ ਸਾਹਿਬਾਂ ਦੇ ਸ਼ਬਦ ਪੜ੍ਹਦੇ ਟਾਊਨ ਦੇ ਵਿੱਚ ਦੀ ਜਾਂਦੇ ਹਾਂ, ਇਸੇ ਨੂੰ ਨਗਰ ਕੀਰਤਨ ਕਹਿੰਦੇ ਨੇ। ਸੋ ਸਾਰਿਆਂ ਦਾ ਹੀ ਸੇਵਾਦਾਰਾਂ ਦਾ ਧੰਨਵਾਦ ਕਰਦਾ ਹੋਇਆ, ਪੰਜਾਂ ਪਿਆਰਿਆਂ ਦਾ, ਨਿਸ਼ਾਨ ਜੀ ਸਾਹਿਬਾਂ ਦਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਕਰਦਾ ਹੋਇਆ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ 'ਤੇ ਲੱਖ ਲੱਖ ਵਧਾਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਮੈਂ ਚਾਹਨਾ ਮੈਂ ਅੱਗੇ ਵੀ ਕਿਹਾ ਸੀ ਕਿ ਆਪਾਂ ਗੁਰਦੁਆਰੇ ਨੂੰ ਮਾਇਆ ਦੀ ਬਹੁਤ ਲੋੜ ਹੈ ਤੇ ਮੈਂ ਇਹ ਵੀ ਕਿਹਾ ਸੀ ਕਿ ਆਪਾਂ ਮਾਇਆ ਜਿਹੜੀ ਆ ਆਪਾਂ ਗੋਲਕ ਦੇ ਵਿੱਚ ਜਾਂ ਤੁਸੀਂ ਡਿਪੋਜ਼ਿਟ ਕਰ ਸਕਦੇ ਹਾਂ ਜਾਂ ਫਿਰ ਆਪਣੀ ਰਸੀਦ ਜ਼ਰੂਰ ਲਓ ਇਹ ਨਾ ਵੀ ਕਿਸੇ ਨੂੰ ਮਾਇਆ ਫੜਾਓ ਰਸੀਦ ਮੈਂ ਬੇਨਤੀ ਕਰਦਾ ਰਸੀਦ ਜ਼ਰੂਰ ਲਓ ਦੂਸਰਾ ਤਰੀਕਾ ਇਹ ਵੀ ਆ ਕਿ ਸਾਡਾ ਜੋ ਬੈਂਕ ਅਕਾਊਂਟ ਆ ਤੁਹਾਨੂੰ ਆਫਿਸ 'ਚੋਂ ਮਿਲ ਜਾਏਗਾ ਉਹਦੇ 'ਤੇ ਤੁਸੀਂ ਡਾਇਰੈਕਟ ਡੈਬਿਟ ਜਾਂ ਸਟੈਂਡਿੰਗ ਔਡਰ ਜੋ ਵੀ ਸੈੱਟ ਕਰਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਪ੍ਰੋਜੈਕਟ ਕਈ ਕਰਨੇ ਆ ਬਾਰਕਿੰਗ ਐਂਡ ਸੈਵਨ ਕਿੰਗ ਦੇ ਅਤੇ ਹੋਰ ਬਹੁਤ ਇੰਪਰੂਵਮੈਂਟ ਹੋ ਰਹੀ ਆ ਅਤੇ ਆਪਾਂ ਨੂੰ ਜਿਹੜੀ ਆਪਣੀ ਇੰਨੀ ਸ਼ਾਨਦਾਰ ਬਿਲਡਿੰਗ ਬਣਾਈ ਆ ਆਪਾਂ ਦੋਨਾਂ ਗੁਰਦੁਆਰਾ ਉਹਨਾਂ 'ਚ ਆਪਾਂ ਬਹੁਤ ਇੰਪਰੂਵਮੈਂਟ ਕਰਨੀ ਕਿਉਂਕਿ ਉਹਨਾਂ ਨੂੰ ਮੇਨਟੇਨੈਂਸ ਦੀ ਬਹੁਤ ਲੋੜ ਆ ਅਤੇ ਇਸ ਕਰਕੇ ਸਾਡਾ ਖਰਚਾ ਹੋ ਰਿਹਾ ਦਿਨੇ ਦਿਨ ਸੋ ਮੈਂ ਸਾਰੀ ਸੰਗਤ ਨੂੰ ਬਹੁਤ ਬੇਨਤੀ ਕਰਦਾ ਕਿ ਤੁਸੀਂ ਹੁੰਮ ਆ ਕੇ ਜੋ ਵੀ ਦੇ ਸਕਦੇ ਹੋ ਦਿਓ ਅਤੇ ਮੈਂ ਹੋਰ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਇਹ ਨਗਰ ਕੀਰਤਨ 'ਤੇ ਬਹੁਤ ਬਹੁਤ ਵਧਾਈ ਦੇ ਰਿਹਾ ਕਿਉਂਕਿ ਇਹ ਸਾਡਾ ਪਹਿਲਾਂ ਕੋਵਿਡ ਤੋਂ ਬਾਅਦ ਸਾਡਾ ਨਗਰ ਕੀਰਤਨ ਆ ਅਤੇ ਅਸੀਂ ਬਹੁਤ ਪ੍ਰਾਊਡ ਆ ਐਂਡ ਹੋਣਾ ਵੀ ਚਾਹੀਦਾ ਆ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੋਜੰਤੀਆਂ ਪ੍ਰਭ संत बताओ मार्ग हम पीछे लाग चली ਸੁਣ ਸੁਣ ਤੁਮਾਰਾ
ਆਪਣਾ ਨਾ सुच्चा इंसान जीने बनने महान सच्चा सुच्चा इंसान जीने बनने महान सच्चा इंसान जीने बनने महान जेड़ा चाहुंदा है जहान विचो तरना जेड़ा चाहुंदा है जहान विचो श्री वाहेगुरु जी की फतेह। प्यारी साध संगत जी, असी पंजाब तो इतने गुरपुरब के वास्ते आए देखने वास्ते अज नगर कीर्तन है। गुरपुरब दियां आप सब संगतां नूं बहुत बहुत मुबारक। साढ़े देखो पंजाब जी गल है भी गड्डिया तो झंडे लवाए जा रहे खालसा पंथ के। आ देखो साढ़े सिंह साहब सजे हुए है और बहुत ही वधिया तरीके ने साइकिल से झंडे सजाए हुए है। तो सारिया संगतां नूं बहुत बहुत मुबारक जी। ये लंडन शहर जी नगर कीर्तन आ रहा है तो उस संबंध में सारिया संगतं इतने सेवा करने वास्ते आई हुई हैं। तो भाजी भी इतने सेवा कर आए हुए है। मैं इन्हों का बहुत बहुत थैंक करता जी।
ਬਾਣੀ ਕਰਨੀ ਕਿਰਤ ਰੋਟੀ ਹੱਕ ਦੀ ਹੀ ਖਾਣੀ ਰਹਿਮ ਤੂੰ ਤੇ ਗਰੀਬ ਉੱਤੇ ਕਰਨਾ ਰਹਿਮ ਤੂੰ ਤੇ ਗਰੀਬ ਉੱਤੇ ਕਰਨਾ ਆ ਜੋ ਜੀਨੇ ਸਿੱਖੀ ਦੇ ਸਕੂਲ ਵਿੱਚ ਪੜ੍ਹਨਾ ਆ ਜੋ ਜੀਨੇ ਸਿੱਖੀ ਦੇ ਸਕੂਲ ਵਿੱਚ ਪੜ੍ਹਨਾ ਆਜੋ ਜੀਨੇ ਸਿੱਖੀ ਦੇ ਸਕੂਲ ਵਿੱਚ ਪੜ੍ਹਨਾ ਚੰਦ ਪਾਵੇ ਸੋ ਚੜ੍ਹ ਜੇ